ਨਕਸ਼ਾ ਜ਼ਿਹਨ 'ਚ ਆਉਂਦਾ ਕਦੀ? ਬਿਲਕੁਲ ਉਸ ਤਰ੍ਹਾਂ ਜਿੱਥੋਂ ਦੀ ਆਏ ਹਾਂ ਰਾਹ ਉੱਦਾਂ ਹੀ ਦੇਖਦੇ ਆ। ਜਿੱਧਰ ਜਿੱਧਰ ਲੰਘ ਕੇ ਆਏ, ਜਿੱਥੋਂ ਦੀ ਲੰਘ ਕੇ ਆਏ ਤੇ ਘਰ ਆਪਣਾ ਸਭ ਕੁਛ ਦੇਖਦਾ ਉੱਦਾਂ ਹੀ ਅੱਖੀਆਂ। ਸਾਨੂੰ ਵੀ ਇੱਦਾਂ ਇਹ ਵੀ ਜਿਵੇਂ ਇੱਕ ਦੂਜੇ ਭਰਾ ਭਰਾ ਨੇ। ਉਹਦੇ ਨਾਲ ਗਿਆ ਜਿਹੜੇ ਜਿਹੜੇ ਸਿੱਖੇ ਉਹਨਾਂ ਬੱਤੀਆਂ ਫੜੀਆਂ ਹੋਈਆਂ, ਪਾਣੀ ਪਿਆ ਲੈਣ ਸਾਨੂੰ, ਨਾ ਇਹ ਰੋਣ ਨਾ ਉਹ ਰੋਣ। ਚੰਦੂ ਮੰਜ ਵਾਲੇ ਨਹੀਂ, ਉਹ ਬੋੜਾਂ ਵਾਲਾ ਪਿੰਡ, ਬੋੜਾਂ ਵਾਲਾ ਪਿੰਡ ਰੋਣ ਬੜਾ ਹੀ ਰੋਣ ਪਈਆ ਵੀ ਕੀ ਬਣੇਗਾ, ਕਿਆ ਬੜ ਸਲੂਕ ਹੀ ਬੜਾ ਇਹ ਲੰਘਦਿਆਂ ਨੂੰ ਪਾਣੀ ਪੂਣੀ ਪਿਆਉਣ, ਪਾਣੀ ਪਿਆਉਣ ਬੱਤੀਆਂ ਹੱਥ ਹੀ ਬੜੀਆਂ। ਅਸਲਾਮ ਅਲੈਕੁਮ, ਪੰਜਾਬੀ ਲਹਿਰ ਦੀ ਟੀਮ ਅੱਜ ਪਹੁੰਚੀ ਹੈ 528 ਡਾਕ ਦੇ ਮਾਨੋਪੁਰ ਤਹਿਸੀਲ ਸਮੁੰਦਰੀ ਦੇ ਵਿੱਚ। ਅਤੇ ਜਿਸ ਤਰ੍ਹਾਂ ਤੁਹਾਨੂੰ ਪਤਾ, ਪੁਰਾਣੀਆਂ ਯਾਦਾਂ ਪੁਰਾਣੀਆਂ ਗੱਲਾਂ ਪਾਰਟੀਸ਼ਨ ਤੋਂ ਪਹਿਲਾਂ ਦੀਆਂ, ਉਜਾੜਿਆਂ ਤੋਂ ਪਹਿਲਾਂ ਦੀਆਂ ਦਾਸਤਾਨਾਂ ਕਹਾਣੀਆਂ ਤੁਹਾਡੇ ਰੂਬਰੂ ਲੈ ਕੇ ਆਈਦਾ, ਤੁਹਾਡੇ ਤੱਕ ਰੱਖੀਦੀਆਂ। ਇਹਨਾਂ ਦਾ ਮਕਸਦ ਨਵੀਂ ਪੀੜ੍ਹੀਆਂ ਆਉਣ ਵਾਲੀਆਂ, ਜਿਹੜੀ ਨਵੀਂ ਜਨਰੇਸ਼ਨ, ਉਹਨਾਂ ਤੱਕ ਇਹ ਗੱਲਾਂ ਪਹੁੰਚਾਉਣ ਲਈ ਕਿ ਇਹਨਾਂ ਲੋਕਾਂ ਨੇ ਪਾਰਟੀਸ਼ਨ ਵੰਡ ਦੇ ਕੀ ਅਸਰਾਤ ਸਨ, ਉਸ ਤੋਂ ਪਹਿਲਾਂ ਦੇ ਕੀ ਹਾਲਾਤ ਸਨ, ਕਿਵੇਂ ਸਾਂਝ ਅਤੇ ਪਿਆਰ ਸੀ, ਜਾਂ ਉਸ ਤੋਂ ਬਾਅਦ ਦੇ ਹਾਲਾਤ ਕਿਵੇਂ ਬਣੇ, 47 'ਚ ਕਿਵੇਂ ਕੀ ਹਾਲਾਤ ਹੋਏ, ਉਹ ਸਾਰੀ ਗੱਲਬਾਤ ਚਾਨਣ ਪਾਈਦਾ ਵਾ। ਇਹਨਾਂ ਬਜ਼ੁਰਗਾਂ ਦੀਆਂ ਆਪ ਦਿੱਤੀਆਂ ਉਹ ਕਹਾਣੀਆਂ, ਜਿਹੜੀਆਂ ਅਸਲ ਹਕਾਣੀਆਂ ਕਹਾਣੀਆਂ ਨੇ, ਜਿਹੜੇ ਹਕਾਇਕ ਅਸਲ ਨੇ, ਉਹ ਕੁਝ ਜਾਣਨ ਦੀ ਕੋਸ਼ਿਸ਼ ਕਰੀ ਦੀ ਆ, ਅਤੇ ਉਹ ਸਟੋਰੀਆਂ ਤੁਹਾਡੇ ਤੱਕ ਰੱਖੀ ਦੀਆਂ। ਇਸੇ ਹੀ ਤਰ੍ਹਾਂ ਦਾ ਇੱਕ ਹੋਰ ਪ੍ਰੋਗਰਾਮ, ਇਸੇ ਤਰ੍ਹਾਂ ਦੀ ਇੱਕ ਹੋਰ ਜਿਹੜਾ ਬਜ਼ੁਰਗ ਨੇ ਸਾਡੇ ਨਾਲ ਮੌਜੂਦ ਨੇ, ਇਸ ਪਿੰਡ ਦੇ ਵਿੱਚ ਅਸੀਂ ਪਹੁੰਚੇ ਸਾਂ, ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਧਰ ਮੂੰਹ ਰੱਖ ਕੇ ਉਹਨਾਂ ਦੇ ਕੋਲ ਹਾਲਾਤ। ਅਸਲਾਮ ਅਲੈਕੁਮ, ਵਾਲੇਕੁਮ ਸਲਾਮ ਜੀ। ਨਾਮ ਬਜ਼ੁਰਗੋ ਕੀ ਆਪਣਾ? ਹਫੀਜ਼। ਮੁਹੰਮਦ ਹਫੀਜ਼? ਹਾਂਜੀ। ਅਤੇ ਅੱਬਾ ਜੀ ਦਾ? ਵਲੀਦਾਤ। ਵਲੀਦਾਤ, ਦਾਦਾ ਜੀ ਦਾ ਵੀ ਯਾਦ ਆ? ਅਲੀ ਗੌਹਰ। ਅਲੀ ਗੌਹਰ, ਅਤੇ ਬਰਾਦਰੀ ਆਪਣੀ? ਰਾਜਪੂਤ। ਰਾਜਪੂਤਾਂ 'ਚ ਵੀ ਹੈ ਨਾ ਨਾਰੂ ਅਤੇ ਭੱਟੀ ਰਾਜਪੂਤ? ਭੱਟੀ ਰਾਜਪੂਤ ਵੱਡੇ ਜਿਹੜੇ ਸਾਰਿਆਂ ਨਾਲ ਜਿਹੜੇ ਖਰਵੇ ਖਰਵੇ, ਠੀਕ ਹੈ। ਅੱਛਾ, ਆਪਣਾ ਪਿਛਲਾ ਪਿੰਡ ਕਿਹੜਾ ਸੀ? ਖਾਨ ਫਤਾ। ਖਾਨ ਫਤਾ, ਤਹਿਸੀਲ? ਬਟਾਲਾ। ਬਟਾਲਾ, ਹਾਂ। ਜ਼ਿਲ੍ਹਾ? ਜ਼ਿਲ੍ਹਾ ਗੁਰਦਾਸਪੁਰ। ਗੁਰਦਾਸਪੁਰ, ਹਾਂ, ਠੀਕ ਠੀਕ। ਅਤੇ ਖਾਨ ਫਤਾ ਜਿਹੜਾ ਪਿੰਡ ਆ, ਹਾਂਜੀ, ਉਹ ਪੈਂਦਾ ਵਾ ਇਹਦੇ ਨੂੰ ਅੰਮ੍ਰਿਤਸਰ ਵਾਲੀ ਸਾਈਡ ਨੂੰ ਪੈਂਦਾ ਵਾ? ਉਹ ਬਟਾਲਾ ਇਹ ਸਾਡੇ ਲਾਗੇ, ਸਾਡੇ ਕਿਲ੍ਹਾ ਉੱਥੇ ਲਾਗੇ ਹੀ ਆ। ਉਹ ਸਾਡੇ ਪਿੰਡ ਸੀ ਚਾਰ ਮੁਸਲਮਾਨਾਂ ਦੇ। ਅੱਛਾ, ਕਿਹੜਾ ਕਿਹੜਾ? ਖਾਨ ਫਤਾ ਨਿੱਕਾ ਅਤੇ ਇੱਕ ਵੱਡਾ ਸੀ, ਵੱਡੇ ਦੇ ਆ, ਵੱਡੇ ਖਾਨ ਫਤਿਹ। ਹਾਂ, ਇੱਕ ਚੰਦਕੇ ਸੀ, ਉਹ ਵੀ ਸਾਡੇ ਬਰਾਦਰ। ਚੰਦਕੇ? ਚੰਦਕੇ ਇੱਕ ਬੁਰਜ ਸੀ ਸਾਡੇ ਪਿੰਡ, ਉਹ ਮਹਿਰਾਂ ਦਾ ਬੁਰਜ ਸੀ। ਅੱਛਾ, ਖਾਨ ਫਤਾ ਨਿੱਕਾ, ਖਾਨ ਫਤਾ ਵੱਡਾ? ਵੱਡਾ ਖਾਨ ਫਤਾ। ਹੋਰ ਕਿਹੜਾ ਸੀ ਲਾਗੇ ਪਿੰਡ? ਬੁਰਜ, ਚੰਦਕੇ। ਇਹ ਚਾਰੇ ਮੁਸਲਮਾਨਾਂ ਦੇ? ਸਾਰੇ ਮੁਸਲਮਾਨਾਂ ਦੇ। ਤੇ ਹੋਰ ਉਸ ਤੋਂ ਇਲਾਵਾ ਲਾਗੇ ਲਾਗੇ ਕਿਹੜਾ? ਲਾਗੇ ਇੱਕ ਧਰਮਕੋਟ ਸੀ। ਧਰਮਕੋਟ, ਬਿਜਲੀ ਵਾਲ ਸੀ ਬੜਾ ਵੱਡਾ ਸੀ ਇਹਨਾਂ। ਫਿਰ ਬਟਾਲਾ, ਬਟਾਲਾ ਦੂਰ ਸੀ ਸਾਥੋਂ, ਤਹਿਸੀਲ ਬਟਾਲਾ ਸੀ ਸਾਡੀ, ਬਟਾਲਾ ਤਹਿਸੀਲ, ਉਹ ਦੂਰ ਸੀ। ਲਾਗੇ ਕਿਲ੍ਹਾ ਸੀ, ਕਿਲ੍ਹਾ, ਕਿਲ੍ਹਾ ਉਹ ਪੁਲ ਸੀ, ਕਿਲ੍ਹੇ ਦਾ ਥੋੜ੍ਹੇ ਘਰ ਸੀ। ਹੋਰ ਇੱਦਾਂ ਬੜੇ ਪਿੰਡ ਸੀ ਯਾਰ ਸਾਡੇ ਲਾਗੇ, ਰਾਚੱਕ, ਕਾਫੀ ਪਿੰਡ ਸੀ। ਅੱਛਾ, ਜਿਹੜਾ ਖਾਨ ਫਤਾ, ਹਾਂਜੀ, ਇਹ ਕਿੱਡਾ ਸੀ ਪਿੰਡ? ਇਹ ਛੋਟਾ ਹੀ ਪਿੰਡ ਆ, ਜਿਹੜੇ ਜਿੰਨੇ ਅਸੀਂ ਘਰ ਆ, ਸਾਡੇ ਪਿੰਡ 'ਚੋਂ ਦੋ ਘਰ ਵਿਛੜੇ ਹੋਏ ਨੇ। ਕਿੰਨੇ ਕੁ ਹੋਣੇ ਆ ਘਰ ਅੰਦਾਜ਼ਨ ਖਾਨ ਫਤਿਹ 'ਚ? ਉਹ ਕਾਫੀ ਕਾਫੀ ਵਾਹਵਾ ਸੀਗੇ। ਨੰਬਰਦਾਰੀਆਂ ਕਿੰਨੀਆਂ ਸੀ? ਲੰਬੜਦਾਰ ਦੋ ਸੀ। ਦੋ? ਕਿਹੜਾ ਕਿਹੜਾ? ਇੱਕ ਸਾਦਕ ਲੰਬੜਦਾਰ ਸੀ, ਇੱਕ ਮੁਹੰਮਦ ਯਕੂਬ ਲੰਬੜਦਾਰ ਸੀ। ਅੱਛਾ, ਉਹ ਸਾਦਕ ਹੁਣੀ ਕਿੱਥੇ ਆ ਗਏ? ਇੱਥੇ ਬੈਠੇ? ਇੱਧਰ ਉਹ ਇੱਥੇ ਬੈਠੇ, ਇੱਥੇ ਉਹ ਹੁਣ ਚੱਲ ਗਏ ਚਾਰ ਚੱਕ ਜੇ। ਅੱਛਾ, ਔਰ ਚਾਰ ਚੱਕ ਦੀ? ਹਾਂਜੀ, 204। ਦੋ ਸੌ ਚਾਰ ਅਤੇ ਦੂਜਾ ਲੰਬੜਦਾਰ ਦਾ ਕੀ ਨਾਂ ਸੀ?
ਉਹਦਾ ਨਾਮ ਅਮਨ ਕੋ ਉਹ ਕਿੱਥੇ ਬੈਠੇ ਉਹ ਇੱਥੇ ਸਾਡੇ ਉਹ ਵੀ ਇੱਥੇ ਇਸ ਤੁਸੀਂ ਸਾਰਾ ਪਿੰਡ ਇੱਥੇ ਹੀ ਆ ਗਏ ਇੱਕੇ ਥਾਂ ਦੋ ਘਰ ਪਿੱਛੜੇ ਹੋਏ ਆ ਉਹ ਕਿੱਥੇ ਰਹਿ ਗਏ ਉਹ ਇੱਕ ਪਛਾਣ ਚਲ ਗਿਆ ਇੱਕ ਆ ਸਾਹਿਬ ਦਾ ਚੱਕ ਨਹੀਂ ਹਾਂਜੀ ਉੱਥੇ ਆ ਅੱਛਾ ਅੱਛਾ ਠੀਕ ਤੇ ਉਹ ਪਿੰਡ ਦੇ ਆਪਣੇ ਖਾਨ ਫਤਿਹ ਦੇ ਵਿੱਚ ਹੋਰ ਕੋਈ ਬਰਾਦਰੀ ਵੀ ਹੈਗੀ ਸੀ ਖੱਤਰੀਆਂ ਦਾ ਘਰ ਇੱਕ ਖੱਤਰੀਆਂ ਦਾ ਘਰ ਸੀ ਉਹਦਾ ਕੀ ਨਾਮ ਦੀਨਾ ਦਾ ਦੁਕਾਨ ਬਣਾਈ ਉਹਨੇ ਉਹਨੇ ਦੁਕਾਨ ਬਣਾਈ ਅੱਛਾ ਦੁਕਾਨ ਕਾਹਦੀ ਸੀ ਦੁਕਾਨ ਕਰਿਆਨੇ ਦੀ ਜਾਂਦੇ ਦੁਕਾਨ ਤੇ ਕਰਿਆਨੇ ਦੀ ਤੁਸੀਂ ਜਾਂਦੇ ਹੁੰਦੇ ਉੱਥੇ ਹਾਂ ਜਾਂਦੇ ਤੇ ਸੌਦਾ ਲਈਦਾ ਪੈਸੇ ਦਾ ਡਬੜੀ ਦਾ ਅੱਛਾ ਉਹਦੇ ਉਦੋਂ ਪੈਸੇ ਚੱਲਦੇ ਹੁੰਦੇ ਕਿ ਦਾਣੇ ਦੂਣੇ ਦਾ ਹੀ ਸੌਦਾ ਨਹੀਂ ਪੈਸੇ ਚੱਲਦੇ ਇੱਕ ਪੈਸੇ ਦੇ ਚਾਰ ਹਿੱਸੇ ਹੁੰਦੇ ਸੀ ਅੱਛਾ ਦੋ ਧੇਲੇ ਤੇ ਚਾਰ ਦਮੜੀਆਂ ਦਮੜੀ ਦਾ ਵੀ ਸੌਦਾ ਦਿੰਦਾ ਹੁੰਦਾ ਇਹ ਅੱਛਾ ਧੇਲੇ ਦਾ ਵੀ ਦਿੰਦਾ ਹੁੰਦਾ ਇਹ ਉਦੋਂ ਪੈਸੇ ਤੇ ਅੰਗਰੇਜ਼ੀ ਚੱਲਦੇ ਹੋਣੇ ਨਾ ਬਰਤਾਨੀ ਉਹ ਮੋਰੀਆਂ ਵਾਲੇ ਪੈਸੇ ਬਰਤਾਨੀ ਵਾਲਿਆਂ ਹਾਂ ਤੇ ਧੇਲੇ ਹੀ ਨਿਕੇ ਨਿਕੇ ਦੁਆਨੀਆਂ ਸੀ ਉਹ ਦੁਆਨੀਆਂ 'ਚ ਨੌਕਰੀਆਂ ਅੱਛਾ 14 ਸਾਲ ਦਾ ਉਮਰ ਸੀ ਪੜ੍ਹਦੇ ਪੁੜਦੇ ਸੀ ਉੱਥੇ ਨਹੀਂ ਪੜ੍ਹਨੇ ਨਹੀਂ ਮੈਂ ਨਹੀਂ ਪਿਆ ਪੜ੍ਹਨੇ ਵਗੇ ਨਹੀਂ ਸਕੂਲ ਹੈਗਾ ਸੀ ਪਿੰਡ ਸਕੂਲ ਵੈਸੇ ਸਕੂਲ ਸਾਡੇ ਲਾਗੇ ਸੀ ਧਰਮਕੋਟ ਧਰਮਕੋਟ ਦੇ ਵਿੱਚ ਉੱਥੇ ਸਕੂਲ ਸੀ ਸਕੂਲੇ ਗਏ ਹੀ ਨਹੀਂ ਨਹੀਂ ਠੀਕ ਮੇਰਾ ਡੰਗਰਾਂ ਡੁੰਗਰਾਂ ਦਾ ਕਰਦੇ ਸੀ ਹਾਂ ਡੰਗਰਾਂ ਦੇ ਪੱਠੇ ਪੁੱਠੇ ਪਾ ਕੇ ਨਾ ਇਹ ਨਿੱਕੇ ਨਿੱਕੇ ਹੀ ਹਾਂ ਗਏ 12 ਸਾਲਾਂ ਦਾ ਕਿਹੜਾ ਬੰਦ ਇੰਨੀ ਉਮਰ ਨਹੀਂ ਸੀ ਹਲੇ ਹੋਰ ਸਾਡੇ ਸਭ ਠੀਕ ਠਾਕ ਸੀ ਮਸਜਿਦਾਂ ਕਿੰਨੀਆਂ ਪਿੰਡ 'ਚ ਇੱਕ ਉਹ ਕਿਹੜੇ ਪਾਸੇ ਪੈਂਦੀ ਉਹ ਆ ਚੜ੍ਹਦੀ ਪੱਗ ਉੱਠ ਸੀ ਇੱਥੇ ਚੜ੍ਹਦੇ ਪਾਸੇ ਹਾਂ ਅਬ ਯਾਦ ਹੈ ਆਪ ਤੁਹਾਡੇ ਘਰ ਤੋਂ ਕਿ ਇਸ ਪਾਸੇ ਆ ਨੇੜੇ ਹੀ ਘਰ ਕਿੱਥੇ ਕਰਕੇ ਪਿੰਡ 'ਚ ਘਰ ਵੀ ਸਾਡਾ ਮਸੀਤ ਤੋਂ ਉਰਲੇ ਬੰਨੇ ਜਿਹੋ ਆ ਇੱਥੇ ਕ ਮਸੀਤ ਦੇ ਲਾਗੇ ਸੀ ਪਿੰਡ ਤਕਰੀਬਨ ਤੇ ਇਹਦਾ ਮਤਲਬ ਸਿੱਖ ਤੇ ਨਹੀਂ ਸੀ ਪਿੰਡ 'ਚ ਗੁਰਦੁਆਰਾ ਤਾਂ ਕੋਈ ਨਹੀਂ 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 ਗੁਰਦੁਆਰਾ ਸਾਡੇ ਲਾਗੇ ਸੀ ਧਰਮਕੋਟ ਧਰਮਕੋਟ ਦੇ ਸਾਡੇ ਪਿੰਡ ਵਿੱਚ ਘਰ ਸੀ ਅੱਛਾ ਜਿਵੇਂ ਤੁਸੀਂ ਦੱਸਿਆ ਤੁਹਾਡੀ ਬਰਾਦਰੀ ਦੇ ਸੀ ਨੰਬਰਦਾਰ ਵੀ ਹਾਂਜੀ ਆਪਣੇ ਲਾਗੇ ਲਾਗੇ ਪਿੰਡਾਂ ਜਿਵੇਂ ਧਰਮਕੋਟ ਹੈ ਆਸੇ ਪਾਸੇ ਕਿਸੇ ਉੱਥੋਂ ਦੇ ਇੱਕ ਦੂਜੇ ਦਾ ਹੁੰਦੇ ਆ ਨਾ ਵੀ ਜਿਵੇਂ ਆਪਾਂ ਇੱਥੇ 80 ਮੰਨੋ 29-31 ਤੇ ਜਾਣਦੇ ਹੋਈ ਦਾ ਫਲਾਣਾ ਨੰਬਰਦਾਰ ਫਲਾਣੇ ਪਿੰਡ ਦਾ ਉਹ ਜੀ ਮੈਂ ਤੁਹਾਨੂੰ ਦੱਸਾਂ ਉਦੋਂ ਅਜੇ 12 ਸਾਲਾਂ ਦੀ ਉਮਰ ਸੀ ਸਾਡੀ ਕਿੰਨੀ ਕੁ ਸੀ ਥੋੜ੍ਹੀ ਉਮਰ ਥੋੜ੍ਹੀ ਉਮਰ ਕੀ ਅਸੀਂ ਜਾਣਦੇ ਹਾਂ ਉਦੋਂ ਤਾਂ ਇਹ ਸ਼ੋਰ ਨਿਕਲ ਗਏ ਹਾਂ ਐਡੀ ਹੋਸ਼ ਨਹੀਂ ਸੀ ਅੱਛਾ ਇਹ ਤਾਂ ਨਹੀਂ ਸੀ ਕੋਈ ਇਸ ਤਰ੍ਹਾਂ ਦਾ ਚੱਕਰ ਤਾਂ ਨਹੀਂ ਸੀ ਵੀ ਮਜ਼ਹਬੀ ਤੌਰ 'ਤੇ ਕੋਈ ਹੋਵੇ ਉੱਥੇ ਵੀ ਤੁਹਾਨੂੰ ਡੱਕ ਭਰੇ ਜਾਵੇ ਵੀ ਨਮਾਜ਼ ਨਹੀਂ ਪੜ੍ਹਨੀ ਆ ਸਿੱਖਾਂ ਨੂੰ ਹਿੰਦੂਆਂ ਨੂੰ ਕੋਈ ਨਹੀਂ ਇਸ ਤਰ੍ਹਾਂ ਦਾ ਚੱਕਰ ਕੋਈ ਲੈਣੇ ਸਾਡੇ ਸਿੱਖ ਆਉਂਦੇ ਹੁੰਦੇ ਸੀ ਸਾਹਮਣੇ ਗੋਸ਼ਤ ਕੀਤੇ ਹੁੰਦੇ ਸੀ ਲਹਿਰਾਂ ਢਾਲੇ ਹੁੰਦੇ ਸੀ ਸਾਡੇ ਪਿੰਡੋਂ ਆ ਕੇ ਖਾਂਦੇ ਹੁੰਦੇ ਸੀ ਕੋਈ ਨਹੀਂ ਸੀ ਇਹਦਾ ਮਜ਼ਹਬੀ ਕੁੱਤ ਫਰਕਾ ਕੋਈ ਨਹੀਂ ਸੀ ਕੋਈ ਲੜਾਈ ਝਗੜਾ ਕੋਈ ਨਹੀਂ ਜਿਹੋ ਭੈਣ ਭਰਾ ਮਿਲਦੇ ਇੱਦਾਂ ਉਹ ਵੀ ਮਿਲਦੇ ਹੁੰਦੇ ਸੀ ਉਹ ਤਾਂ ਕਿਸੇ ਦਾ ਨਾਂ ਨੂੰ ਤਾਂ ਨਹੀਂ ਤੁਹਾਨੂੰ ਯਾਦ ਨਹੀਂ ਨਾਂ ਨਹੀਂ ਉਹ ਤਾਂ ਉਮਰ ਨਿਆਣੀ ਸੂਤ ਨਹੀਂ ਸੀ ਹੈ ਅੱਛਾ ਇਹਨੂੰ ਇਵੇਂ ਪਤਾ ਕਿਵੇਂ ਲੱਗਾ ਜਦੋਂ ਆ ਵੰਡ ਜਿਹੜੀ ਜਿਹਨੂੰ ਉਜਾੜਿਆ ਨਹੀਂ ਪਤਾ ਕਿੰਨੀ ਦੇਰ ਪਹਿਲਾਂ ਲੱਗ ਗਿਆ ਤੁਹਾਨੂੰ ਵੀ ਹੁਣ ਸਾਨੂੰ ਸਾਨੂੰ ਪਤਾ ਲੱਗਾ ਬਈ ਕਿਤੇ ਨਿੱਕੀ ਪੜ ਕੇ ਨਿਕਲੇ ਆ ਮਸੀਤੋਂ ਠੀਕ ਹੈ ਸਾਡੇ ਲਾਗੇ ਮਸੀਤੇ ਵਾਸੀਆਂ ਇਹ ਇੱਕ ਤਖੀਆ ਸੀ ਡੇਰਾ ਉੱਥੋਂ ਬੰਦੇ ਲੰਘੇ ਨੇ ਦੋ ਉਹ ਵਾਸੀਆਂ ਦੇ ਵਿੱਚੋਂ ਦੇ ਉਹਨਾਂ ਆ ਗਿਆ ਤਾਂ ਵੀ ਅੰਮ੍ਰਿਤਸਰ ਗੁਰਦਾਸਪੁਰ ਜਲੰਧਰ ਹੁਸ਼ਿਆਰਪੁਰ ਇਹ ਚਾਰ ਜ਼ਿਲ੍ਹੇ ਆ ਗਏ ਚਾਰ ਜ਼ਿਲ੍ਹੇ ਇੰਡੀਆ ਦੇ ਹੋ ਗਏ ਉਹਨਾਂ ਦੱਸਿਆ ਸਾਨੂੰ ਅੱਛਾ ਤਿਆਰੀ ਸ਼ੁਰੂ ਕਰ ਲਈ ਨਹੀਂ ਬੈਠੇ ਰਹੇ ਫਿਰ ਪਹਿਰੇ ਦਿੰਦੇ ਰਹੇ ਰਾਤ ਸਾਰੀ ਰਾਤ ਪਹਿਰੇ ਦੇਣੇ ਫਿਰ ਬੜਾ ਜੋ ਸਾਡੇ ਪਿੰਡ ਲਾਗੇ ਇੰਨਾ ਕੁ ਜ਼ੋਰ ਸੀ ਵੀ ਕੋਈ ਗੱਲ ਕਰਨ ਵਾਲੀ ਨਹੀਂ ਤੇ ਸਾਰੀ ਰਾਤ ਬੰਦਿਆਂ ਪਹਿਰਾ ਦੇਣਾ ਨਿਕਲ ਗਏ ਅਸੀਂ ਹੈਗੇ ਹਾਂ ਪਹਿਰਾ ਦੇਣਾ ਕਦੀ ਇੱਧਰ ਚਲ ਗਏ ਕਦੀ ਇੱਧਰ ਚਲ ਗਏ ਲੜਾਈ ਦਾ ਕੰਮ ਸ਼ੁਰੂ ਹੋ ਗਿਆ ਹਾਂ ਛੇੜਖਾਨੀਆਂ ਸ਼ੁਰੂ ਸੀ ਛੇੜਖਾਨੀਆਂ ਸ਼ੁਰੂ ਹੋ ਗਈਆਂ ਹਾਂ ਅੱਛਾ ਇਹਦੇ ਵਿੱਚ ਜਦੋਂ ਹੋ ਗਿਆ ਵੀ ਹੁਣ ਜਾਣਾ ਹੀ ਪੈਣਾ ਵਾ ਤੁਹਾਨੂੰ ਜਾਣਾ ਹੀ ਪੈਣਾ ਕਿਵੇਂ ਤੁਰੇ ਪਿੰਡੋਂ ਅਸੀਂ ਇਸ ਕਰਕੇ ਇੱਦਾਂ ਤੁਰੇ ਹਾਂ ਜੀ ਅਸੀਂ ਜੇ ਆਹ ਵੇਲਾ ਸੀ ਸਾਡੇ ਆਹ ਵੇਲਾ ਸੀ ਤੇ ਸਾਡੇ ਆਈ ਆ ਮਿਲਟਰੀ ਡੋਗਰਾ ਡੋਗਰਾ ਮਿਲਟਰੀ ਉਹਨਾਂ ਗੰਜ ਮਸ਼ੀਨਾਂ ਇੱਕ ਇੱਧਰ ਬੀੜੀ ਆ ਇੱਕ ਇੱਧਰ ਬੀੜੀ ਆ ਤਿੰਨ ਮਸ਼ੀਨਾਂ ਬੀੜੀਆਂ ਜਿਹੜੇ ਉਹਨਾਂ ਬੀੜੀਆਂ ਆ ਉਹਨਾਂ ਦਾ 12 ਵਜੇ ਤੁਹਾਡੇ ਇੰਤਜ਼ਾਮ ਕਰ ਦਾਂਗੇ
ਸਾਡੇ ਜੀ ਉਹਨਾਂ ਦੱਸਿਆ ਉੱਥੇ ਡਰਾਈਵਰ ਜਿਹੜਾ ਸੀ ਆ ਉਹਨਾਂ ਦਾ ਉਹ ਜਿਹੜਾ ਦੀਨਾ ਨਾਥ ਸੀ ਉਹਦਾ ਮੁੰਡਾ ਸੀ ਫਕੀਰ ਚੰਦ ਉਹਨੇ ਉਹਦੇ ਨਾਲ ਗੱਲ ਕੀਤੀ ਉਹਨੇ ਕਹਿੰਦਾ ਵੀ ਬੱਜ ਜਿਓ ਅਰੇ ਜਿਹੜੇ ਦਿਨ ਸ਼ਾਮਾਂ ਪਈਆਂ ਆ ਸਾਡੇ ਉਹ ਲੰਬੜਦਾਰ ਨੇ ਕਹਿੰਦਾ ਵੀ ਨਿਕਲ ਚਲੋ ਅਸੀਂ ਨਿਕਲ ਆਏ ਹਾਂ ਸਾਡੇ ਨਹਿਰ ਸੀ ਇੱਧਰ ਆਉਂਦੀ ਵੱਡੀ ਬੜੀ ਵੱਡੀ ਨਹਿਰ ਸੀ ਉਹ ਜਿਹੜੇ ਨਹਿਰ ਪੋਟ ਵੀ ਢੇਰ ਜਿਹੜੇ ਚੜੇ ਜਿਹੜੇ ਬੰਦ ਪੜੀ ਉਤਰੇ ਹਾਂ ਥੋੜ੍ਹਾ ਜਿਹਾ ਮੈਂ ਦੋ ਤਿੰਨ ਪੈਲੀਆਂ ਗਈਆਂ ਅਤੇ ਮਗਰੋਂ ਡੋਗਰਾ ਮਲੇਟਰੀ ਆ ਗਈ ਜਿਹੜੇ ਉਹ ਆ ਗਈ ਆ ਉਹਨਾਂ ਸਾਈਆਂ ਦੀ ਛੱਟੀ ਸਾਡੇ ਉਹਨਾਂ ਨੂੰ ਸੱਦਿਆ ਉਹਨਾਂ ਕਿਹਾ ਕਿਉਂ ਵੀ ਪਿੰਡ ਆ ਉਹਨਾਂ ਕਿਹਾ ਜਨਾਬ ਪਿੰਡ ਲਿਖ ਗਿਆ ਫਿਰ ਉਹਨਾਂ ਮਾਰੀਆਂ ਦੱਥੜਾ ਉਹਨਾਂ ਉੱਥੇ ਪਿੰਡ 'ਚ ਇੱਕ ਜੀ ਸਾਡੇ ਪਿੰਡੋਂ ਨਹੀਂ ਨਿਕਲ ਗਿਆ ਇੰਨਾ ਕੁ ਦਸਾ ਇੰਨੀ ਕੁ ਡੋਗਰਾ ਮਲੇਟਰੀ ਚੜ੍ਹ ਕੇ ਆਈ ਬੇਬਹਾਏ ਫਿਰ ਨਿਕਲ ਕੇ ਅਸੀਂ ਲਾਗੇ ਚੰਦੂਮਾਲ ਸੀ ਉੱਥੇ ਚੱਲ ਗਏ ਚੰਦੂਮਾਲ ਹਾਂ ਰਾਤ ਅਸੀਂ ਇੱਕ ਬੋੜਾਂ ਵਾਲਾ ਪਿੰਡ ਸੀ ਉੱਥੇ ਨਾ ਗਿਆ ਜਿਹੜੇ ਸਿੱਖੇ ਉਹਨਾਂ ਬੱਤੀਆਂ ਫੜੀਆਂ ਸੀਆਂ ਪਾਣੀ ਪਿਆ ਲੈਣ ਸਾਨੂੰ ਨਾ ਇਹ ਰੋਣ ਨਾ ਉਹ ਰੋਣ ਚੰਦੂਮਾਲ ਵਾਲੇ ਨਹੀਂ ਉਹ ਬੋੜਾਂ ਵਾਲਾ ਪਿੰਡ ਰੋਣ ਬੜਾ ਹੀ ਰੋਣ ਪਿਆ ਵੀ ਕੀ ਬਣਿਆ ਯਾਰ ਬੜਾ ਸਲੂਕ ਹੀ ਬੜਾ ਇਹ ਲੰਘਦਿਆਂ ਨੂੰ ਪਾਣੀ ਪੂਣੀ ਪਿਆਉਣ ਪਾਣੀ ਪਿਆਉਣ ਬੱਤੀਆਂ ਹੱਥ 'ਚ ਬੜੀਆਂ ਸੀ ਫਿਰ ਉੱਥੋਂ ਅਸੀਂ ਆ ਗਏ ਚੰਦੂਮਾਨ ਜੀ ਚੰਦੂਮਾਨ ਜਿਹੜੇ ਆਏ ਜਿਹੜੀ ਉੱਥੇ ਸਾਡੀ ਰਿਸ਼ਤੇਦਾਰੀ ਸੀ ਉਹ ਜਿਹੜੀ ਬੜਾ ਸਾਨੂੰ ਕੀ ਪਤਾ ਕੀ ਆਖਣਾ ਅੱਗੇ ਵੇਖੇ ਖਾਨ ਫਤਿਹ ਬੜੇ ਭਲਵਾਨ ਉੱਜੜ ਕੇ ਆ ਗਏ ਡਰਦੇ ਉੱਤਰ ਕੇ ਜੇ ਡਰਦੇ ਉੱਜੜ ਕੇ ਆ ਗਏ ਉਹ ਬੜੀਆਂ ਗੱਲਾਂ ਸੀ ਉਹਨਾਂ ਕੀਤੀਆਂ ਅੱਛਾ ਉਹ ਮਗਰੇ ਉਹ ਆ ਗਏ ਜਿਹੜੇ ਜਸੜੀਆਂ ਫਿਰ ਧੀਦੀ ਚਾਲੀ ਬੜੇ ਜੀ ਸ਼ੁਕਲ ਅਸੀਂ ਜਿਹੜੇ ਹੁਣ ਨਿਕਲੇ ਪਿੰਡ ਅਸੀਂ ਵੇਖ ਲਓ ਵੀ ਜ਼ੋਰ ਸ਼ਾਹ ਵੇਲੇ ਪਿੰਡ ਉੱਥੋਂ ਨਿਕਲੇ ਚੰਦੂਮਾ ਜੀ ਅਤੇ ਵੱਡੀ ਪੇਸ਼ਰੀਆਂ ਵਾਂਗਾਂ ਡੇਰੇ ਦਾ ਪੁਲ ਲੰਘ ਕੇ ਡੇਰੇ ਦੇ ਪੁਲ ਦੇ ਲਾਗੇ ਇੱਕ ਧਰੇਕਾ ਪਿੰਡ ਉੱਥੇ ਰੋਟੀਆਂ ਪਕਾਈਆਂ ਖਾਧੀਆਂ ਉੱਥੋਂ ਫਿਰ ਆਣ ਕੇ ਜਸਰੀ ਲੈ ਗਏ ਲੈਣ ਦੇ ਉੱਤੇ ਉੱਥੇ ਫਿਰ ਸਾਡੇ ਪਿੰਡ ਮੁੰਡਿਆਂ ਭੁੱਖ ਬੜੀਆਂ ਜਾਣਾ ਲੱਗੀ ਵੀ ਹੋਣ ਉੱਥੋਂ ਫਿਰ ਧੰਨਵਾਦ ਸੀਗਾ ਉੱਥੇ ਸਾਡੇ ਪਿੰਡ ਦੇ ਮੁੰਡੇ ਪਏ ਚਾਰ ਉਹਨਾਂ ਚਾਰ ਬੱਕਰੀਆਂ ਇੱਜ਼ਤ ਤੁਰਿਆ ਆਉਂਦਾ ਉਹਨਾਂ 'ਚੋਂ ਚਾਰ ਬੱਕਰੀਆਂ ਖੱਡੀਆਂ ਉਹ ਫਿਰ ਬਗੈਰ ਦੂਣ ਤੋਂ ਕੁਛ ਕਰਕੇ ਖਾਧਾ ਫਿਰ ਦਿਨ ਚਾਰ ਦਿਨ ਲਾਗੇ ਜਸਰ ਸੀ ਉੱਧਰ ਜਾਣ ਲੱਗ ਪਏ ਉਦੋਂ ਸਿੱਖ ਨਿਕਲ ਗਏ ਹੋਏ ਲਿਆਉਣ ਲੱਗ ਪਏ ਫਿਰ ਹਾਲਾਤ ਨਹੀਂ ਨਾ ਖਰਾਬ ਸੀ ਕੋਈ ਇਸ ਤਰ੍ਹਾਂ ਦੇ ਕੋਈ ਰਾਜ ਨਹੀਂ ਦੇਖਿਆ ਹਾਂ ਨਹੀਂ ਕੋਈ ਵੀ ਹਾਲਾਤ ਰਾਜ ਮਾੜਾ ਜਾਂ ਸਾਨੂੰ ਕੋਈ ਫਿਕਰ ਜਾਂ ਕੋਈ ਫਾਕਾ ਗਾਉਂਦੇ ਵਜਾਉਂਦੇ ਅਸੀਂ ਡੇਰੇ ਦਾ ਪੁੱਲ ਬਿਲਕੁਲ ਖੈਰ ਖਰੀਦਣਾ ਪਹੁੰਚ ਗਏ ਡੇਰੇ ਵਾਲੇ ਡੇਰੇ 'ਤੇ ਆ ਸਾਡੇ ਕੋਲ ਸੀ ਦੋ ਬਲੋਚ ਇੱਕ ਗੱਡੀ ਕਦੀ ਗਾਂਹ ਲੈ ਜਾਂਦਾ ਕਦੀ ਪਛਾਣ ਲੈ ਆਉਂਦਾ ਜਿਹੜੇ ਡੇਰੇ ਆਏ ਆ ਉੱਥੇ ਇੱਕ ਦਿਨ ਫੈਰ ਕੀਤਾ ਕੋਠੇ ਤੋਂ ਉਹ ਬਲੋਚ ਨੇ ਜਿਹੜੇ ਫੈਰ ਮਾਰਿਆ ਉਹਨੂੰ ਉਹ ਫਿਰ ਸਾਡੇ ਵਿਹਲਿਆਂ ਡਿੱਗਿਆ ਉੱਤੋਂ ਕੌਣ ਸਿੱਖ ਡਿੱਗਿਆ ਜਿਹੜੇ ਡਿੱਗਿਆ ਜਿਹੜੇ ਅਸੀਂ ਬਾਹਰ ਨਿਕਲੇ ਹਾਂ ਸੋਟੇ ਉਹਨਾਂ ਖੋਲ੍ਹੇ ਸਾਥੋਂ ਜਿਹੜੇ ਖੋਲ੍ਹੇ ਜਿਹੜੇ ਬਾਹਰ ਡੇਰੇ ਆਏ ਪੁਲਸੇ ਉੱਥੇ ਬਹੁਤ ਵੱਡੇ ਵੱਡੇ ਢੇਰ ਲਾਏ ਹੋਏ ਵੱਢ ਵੱਢ ਕੇ ਸੋਟੇ ਸੁੱਟੇ ਉੱਥੋਂ ਫਿਰ ਆ ਫੜੇ ਫਿਰ ਡੇਰੇ ਦਾ ਪੁਲ ਜਿਹੜੇ ਲੰਘਿਆ ਅਤੇ ਇੱਕ ਇਹਨਾਂ ਦਾ ਸਿੱਖਾਂ ਦਾ ਆਉਂਦਾ ਸੀ ਕਾਫਲਾ ਉਹ ਸਾਡੇ ਪਿੰਡ ਦੇ ਆਖਾਂਗੇ ਯਾਰ ਸਾਡੇ ਨਾਲ ਇੱਦਾਂ ਹੋ ਗਿਆ ਪਹੀਏ ਇਹਨਾਂ ਨੂੰ ਉਹ ਵੀ ਸਿਆਣੇ ਬੰਦਿਆਂ ਦੇ ਨਾ ਹੋਏ ਇਹ ਵੀ ਸਾਡੇ ਵਾਂਗ ਰੁੱਜੜੇ ਆਉਂਦੇ ਕੁਛ ਨਹੀਂ ਆਖਿਆ ਬੜੇ ਬੜੇ ਅੱਛਾ ਪਹਿਲੋਂ ਇੱਥੇ ਪਹਿਲੋਂ ਦੇ ਹਾਲਾਤ ਜਿਹੜੇ ਵਾ ਇਹ ਤਾਂ ਸਾਰਾ ਕੁਛ ਤੁਸੀਂ ਤਾਂ ਆ ਗਏ ਸ਼ਹਿਰ ਖੜੀ ਪਹਿਲੋਂ ਦੇ ਹਾਲਾਤ ਕਿਵੇਂ ਸੀ ਜੇ ਅਸੀਂ ਗੱਲ ਕਰੀਏ ਵੀ ਹੁਣ ਦਾ ਜਿਹੜਾ ਰਹਿਣ ਸਹਿਣ ਦਾ ਸਾਡਾ ਤਰੀਕਾਕਾਰ ਜਾਂ ਉਦੋਂ ਦੇ ਹਾਲਾਤ ਕਿਵੇਂ ਦੇ ਜਿਵੇਂ ਤੁਸੀਂ ਦੱਸਿਆ ਮਜ਼ਹਬੀ ਵੀ ਕੋਈ ਨਹੀਂ ਸੀ ਕੋਈ ਨਹੀਂ ਕੋਈ ਨਹੀਂ ਕਿਵੇਂ ਦਾ ਵਸੇਬ ਕਿਵੇਂ ਦਾ ਤੁਹਾਨੂੰ ਕਿਵੇਂ ਦਾ ਲੱਗਦਾ ਹੈ ਸਾਨੂੰ ਇੱਦਾਂ ਇਹ ਵੀ ਜਿਵੇਂ ਇੱਕ ਦੂਜੇ ਭਰਾ ਭਰਾ ਨੇ ਉਹ ਵੀ ਮਿਲਦੇ ਸੀ ਸਾਡੇ ਪਿੰਡ ਆਉਂਦੇ ਸੀ
ਹਰ ਕੰਮ ਕਰਦੇ ਸੀ, ਗੋਸ਼ਤ ਵੀ ਵੱਡਾ ਖਾਂਦੇ ਸੀ। ਜਨਾਬ ਲਾਹੌਰ ਦੇ ਲਾਗੇ ਮਾਂਗਾ ਦੀ ਰਹੀ ਸਾਲ, ਉੱਥੇ ਜੇ ਰਹੇ ਆ ਉਹ ਸਿੱਖ ਦੇ ਉਹ ਨਿਕਲ ਗਏ ਖੋਜੇ, ਉੱਥੇ ਫਿਰ ਜੋ ਹੋਇਆ ਖਾਂਦੇ ਪੀਂਦੇ ਰਹੇ। ਉੱਥੋਂ ਫਿਰ ਜੇ ਸਾਡੀ ਕਣਕ ਪੱਕੀ ਆ ਗੱਦੜ ਹੋਈ ਲਾਲ, ਉਹ ਮਾਂਗੇ ਨੂੰ ਤਿੰਨ ਬੰਨੇ ਹਥਿਆਰ ਲੱਗਦਾ ਸੀ ਰਾਵੇ। ਆਹ ਜਿਹੜੀ ਚੜ੍ਹਦੀ ਮਾਂਗੇ ਦੀ ਮੰਡੀ ਆ ਉੱਧਰ ਜ਼ਮੀਨ ਪੱਧਰੀ, ਉੱਧਰ ਜੇ ਆਇਆ ਬਹੁਤ ਪੌਣਾ ਸੀ, ਉਹ ਜ਼ਮੀਨਦਾਰ ਖਾ ਪੀ ਲਿਆ। ਫਿਰ ਉੱਥੇ ਅਸੀਂ ਸਾਰੇ ਫਿਰ ਜੇ ਹੜ ਆਇਆ ਰਾਵੀ, ਫਿਰ ਪਾਣੀ ਉੱਥੋਂ ਦੀ ਲੰਘ ਗਿਆ, ਕਣਕ ਮਰ ਗਈ। ਫਿਰ ਉੱਥੇ ਸਾਡੇ ਪਿੰਡ ਦੇ ਸਾਡੇ ਨਾਨਕੇ ਉੱਥੇ ਨਾਲ ਹੀ ਸੀ, ਉੱਥੋਂ ਅਸੀਂ ਤੁਰ ਪਏ ਇੱਥੇ ਆ ਗਏ ਲਲਕਾਣੇ। ਲਲਕਾਣੇ ਸਾਡੀ ਭਾਜੜ 8 ਦਿਨ ਪਈ ਰਹੀ ਸੀ। ਸਾਡੇ ਨਾਨਕੇ ਆਖਣ ਵੀ ਇੱਧਰੋਂ ਆਓ ਕੇਰਾਂ ਨੂੰ, ਕੇਰਾ ਹੈਗਾ ਨਹੀਂ ਮਨ ਵਾਲੇ ਲਾਗੇ, ਉੱਥੇ ਆ ਗਿਆ ਬਾਬਾ ਦਾ ਪਛਾਣ ਦਾ ਵੀ ਨਹੀਂ, ਰਿਸ਼ਤੇਦਾਰਾਂ 'ਚ ਨਹੀਂ ਜਾਣਾ, ਜਾਣਾ ਤਾਂ ਬਰਾਦਰੀ 'ਚ ਜਾਣਾ। ਫਿਰ ਅਸੀਂ ਸਾਡਾ ਚਾਚਾ ਇੱਥੋਂ ਗਿਆ, ਉਹਨੇ ਉੱਥੇ ਮੰਗੇ, ਉਹਨੇ ਆਖਿਆ ਆ ਜਾਓ ਚਲੀਏ, ਫਿਰ ਉਹ ਆ ਗਿਆ। ਫਿਰ ਮਗਰੋਂ ਅਸੀਂ ਆ ਗਏ ਇੱਥੇ, ਪੈਲੀ ਪੂਲੀ ਪੈ ਗਈ ਇੱਥੇ। ਹਾਂ ਇੱਥੇ ਕਿੰਨੇ ਸਾਲ ਨਹੀਂ ਪਈ? ਉਹ ਤਾਂ ਛੇਤੀ ਅਸੀਂ ਸਾਲ ਪਿੱਛੋਂ ਉੱਥੋਂ ਆ ਗਏ, 2-3 ਸਾਲ ਪਿੱਛੋਂ ਇੱਥੇ ਪੈਲ ਪੈ ਗਈ। ਉਦੋਂ ਬਾਅਦ ਕਦੀ ਗਏ ਪਿੱਛੇ ਆਪਣੇ ਪਿੰਡ? ਕੋਈ ਅਤਾ ਪਤਾ ਪਿੰਡ ਦਾ ਕੋਈ ਬੰਦਾ ਰਹਿ ਗਿਆ ਆਪਣਾ? ਇੱਕ ਗਿਆ ਸੀ ਸਾਡੇ ਪਿੰਡੋਂ, ਉਹ ਪਿੰਡ ਨਹੀਂ ਜਾ ਸਕਿਆ, ਆਹੋ ਗਿਆ ਸੀ ਘਰਦੀਆਂ 'ਚ, ਪਿੰਡ ਨਹੀਂ ਜਾ ਸਕਿਆ। ਅਤੇ ਉਹ ਸਾਨੂੰ ਉਹਨੇ ਪੁੱਛਿਆ ਕੀ ਹਾਲ, ਉਹਨੇ ਆਖਿਆ ਬਹੁਤ ਹਾਲ ਆ। ਯਾਦ ਆ ਆਪਣਾ ਪਿੰਡ ਪਿਛਲਾ, ਉਹ ਨਕਸ਼ਾ ਜ਼ਿਹਨ 'ਚ ਆਉਂਦਾ ਕਦੀ? ਬਿਲਕੁਲ, ਉਸ ਤਰ੍ਹਾਂ ਜਿੱਥੋਂ ਦੀ ਆਏ ਹਾਂ ਰਾਹ ਉੱਦਾਂ ਹੀ ਦੇਖਦੇ ਆ, ਹੁਣ ਜਿਹੜੀ ਆ ਵੀਡੀਓ ਬਣਦੀ ਹੈ ਤੁਹਾਡੇ ਪਿੰਡ ਤੱਕ ਤੇ ਇਨਸ਼ਾਅੱਲਾ ਪਹੁੰਚ ਜਾਣੀ ਹੈ। ਹਾਂ ਪਹੁੰਚ ਜਾਣੀ। ਪਿੰਡ ਤੁਹਾਡੇ ਰਹਿੰਦੇ ਹੋਣਗੇ, ਉਹਨਾਂ ਨੂੰ ਕੀ ਸੁਣਾ ਦੇ? ਉਹਨਾਂ ਨੂੰ ਆਖੋ ਵੀ ਉਹ ਮਾਨੂਪੁਰ ਬੈਠੇ ਨੇ, ਉੱਥੇ ਸਾਡੇ ਲਾਗੇ ਉਹ ਵੀ ਉੱਥੇ ਬੈਠੇ ਹੋਏ ਨੇ, ਮਾਨੂਪੁਰ ਬੈਠੇ। ਉਹਨਾਂ ਨੇ ਦੱਸਿਆ ਬੜਾ ਸਾਡਾ ਪਿੰਡ ਢੱਠ ਗਿਆ ਸੀ, ਸਾਰਾ ਹੀ ਢੱਠ ਗਿਆ, ਇਹ ਦੁਬਾਰਾ ਤਿਆਰ ਕੀਤਾ ਪਿੰਡ। ਗੱਲ ਕਰਨ ਡੇ ਹਾਂ ਬਜ਼ੁਰਗਾਂ ਨਾਲ, ਦੱਸੀ ਇਹਨਾਂ ਸਾਂਝ ਸਾਡਾ ਭਾਈ, ਅਤੇ ਕਹਾਣੀ ਦੱਸੀ ਪਿਛਲੀ ਕਿਵੇਂ ਕਿਵੇਂ ਆਏ, ਕਿਵੇਂ ਦੇ ਹਾਲਾਤ ਸੀ ਪਹਿਲਾਂ। ਅਸੀਂ ਵੀਡੀਓਜ਼ ਕਰਦੇ ਹਾਂ, ਅਸੀਂ ਕੋਲੋਂ ਤਾਂ ਗੱਲ ਕਰਦੇ ਕੋਈ ਨਾ, ਬਜ਼ੁਰਗਾਂ ਦੀ ਗੱਲ ਹੈ ਵੀ ਪਹਿਲਾਂ ਬੜੀ ਸਾਂਝ ਸੀ, ਅੱਛਾ ਵਾਹਵਾ ਵਧੀਆ ਮਾਹੌਲ ਸੀ, ਅਤੇ ਫਿਰ ਇਹਨਾਂ ਕਿਵੇਂ ਪਾਕਿਸਤਾਨ ਕਿਵੇਂ ਬਣਿਆ, ਕਿਵੇਂ ਦੇ ਇਹਨਾਂ ਹਾਲਾਤ ਵੇਖੇ, ਉਹ ਅਗਲੀ ਜਨਰੇਸ਼ਨ ਤੱਕ ਗੱਲਾਂ ਵੀ ਇਹ ਪਹੁੰਚਾਉਣ ਦੀ ਕੋਸ਼ਿਸ਼ ਕਰੀਆਂ ਕਿ ਪਾਕਿਸਤਾਨ ਸੌਖਾ ਨਹੀਂ ਮਿਲਿਆ। ਸਿਰਫ ਅਸੀਂ ਆਜ਼ਾਦੀ ਦੇ ਵੇਲੇ 14 ਅਗਸਤ ਮੋਟਰਸਾਈਕਲਾਂ ਦੀਆਂ ਸਲੈਂਸਰ ਕੱਢ ਕੇ ਜਾਂ ਝੰਡੀਆਂ ਲਾ ਕੇ ਨਾ ਮਨਾ ਦਈਏ, ਇਹਨਾਂ ਬਜ਼ੁਰਗਾਂ ਜਿਨ੍ਹਾਂ ਨੇ ਪਾਕਿਸਤਾਨ ਆਪਣੇ ਹੱਥੀਂ ਬਣਾਇਆ, ਉਹਨਾਂ ਦਿਨਾਂ ਦੇ ਵਿੱਚ ਇਹਨਾਂ ਬਜ਼ੁਰਗਾਂ ਦੀ ਹੌਸਲਾ ਅਫਜ਼ਾਈ ਕੀਤੀ ਜਾਵੇ, ਜਾ ਕੇ ਇਹਨਾਂ ਦਾ ਦਿਲ ਵਧੇ ਜਿਨ੍ਹਾਂ ਨੇ ਇੰਨਾ ਆਪਣਾ ਸਾਰਾ ਕੁਛ ਗਵਾ ਕੇ, ਕਹਿ ਲਓ ਤੁਸੀਂ ਬਿਲਕੁਲ ਚੰਗੀ ਭਲੀ ਜ਼ਿੰਦਗੀ ਗੁਜ਼ਾਰਦੇ ਸਨ ਅਤੇ ਜ਼ੀਰੋ 'ਤੇ ਚਲੇ ਗਏ, ਫਿਰ ਆ ਕੇ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਸਟਾਰਟ ਕੀਤੀ। ਇਹ ਵੀਡੀਓ ਬਣਾਉਣ ਦਾ ਮਕਸਦ ਵੀ ਇਹ ਕਿ ਅਕਰੋਸ ਦਾ ਬਾਰਡਰ ਦੋਵੇਂ ਪਾਸੇ ਜਿਹੜੀਆਂ ਨਫ਼ਰਤਾਂ ਫੈਲੀਆਂ ਨੇ, ਇਹਨਾਂ ਦੀ ਰਾਹੀਂ ਜਿਹੜੀ ਵਾ ਗੱਲਬਾਤ ਦੂਸਰਿਆਂ ਤੱਕ ਪਹੁੰਚਾਈ ਜਾਵੇ, ਇਹਨਾਂ ਦਾ ਵਿਸ਼ਾ ਵੀ ਦੂਜਿਆਂ ਤੱਕ ਰੱਖਿਆ ਜਾਵੇ ਕਿ ਜੇ ਜ਼ਿਆਦਤੀਆਂ ਉਹਨਾਂ ਨਾਲ ਹੋਈਆਂ ਤਾਂ ਇਹਨਾਂ ਨਾਲ ਵੀ ਨਹੀਂ ਹੋਈਆਂ, ਕਿਸੇ ਨੇ ਘੱਟ ਨਹੀਂ ਕੀਤੀ, ਲੇਕਿਨ ਉਦੋਂ ਪਿਆਰ ਵੀ ਸੀ ਕੋਲੋਂ, ਪਿਆਰ ਵੀ ਦੋਵਾਂ ਪਾਸੇ ਸੀ, ਫਿਰ ਨਫ਼ਰਤ ਵੀ ਦੋਵਾਂ ਪਾਸੇ ਪਈ। ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਆਪਣੇ ਪੰਜਾਬੀਆਂ ਦੀ ਗੱਲ ਕਰੀਏ,
ਤੇ ਸਾਡੇ ਪੰਜਾਬੀਆਂ ਦੇ ਵਿੱਚ ਪਿਆਰ ਮੁਹੱਬਤ ਵੀ ਬੜਾ ਵਾ ਤੇ ਜੇ ਦੂਸਰੇ ਪਾਸੇ ਆ ਜਾਈਏ ਤੇ ਦੁਸ਼ਮਣੀ ਤੇ ਆਉਣ ਤੇ ਦੁਸ਼ਮਣੀ ਬੜੀ ਨਫ਼ਰਤ ਵੀ ਬੜੀ ਹੈ ਤੇ ਇਹਨਾਂ ਨਫ਼ਰਤਾਂ ਨੂੰ ਦੂਰੀਆਂ ਜਿਹੜਾ ਵਾ ਉਹ ਮਿਟਾਉਣਾ ਚਾਹੀਦਾ ਅਤੇ ਪਿਆਰ ਮੁਹੱਬਤ ਅਤੇ ਅਮਨ ਦੀ ਜਿਹੜੀ ਵਾ ਸਾਂਝ ਵਧਾਉਣੀ ਚਾਹੀਦੀ ਇਸ ਤਰ੍ਹਾਂ ਦੀ ਵੀਡੀਓਜ਼ ਤੁਹਾਡੇ ਰੂਬਰੂ ਲੈ ਕੇ ਆਉਂਦੇ ਰਹਾਂਗੇ ਅਗਲੇ ਪ੍ਰੋਗਰਾਮ ਤੱਕ ਵੀ ਇਜਾਜ਼ਤ ਮਿਲਦੀ ਹੈ ਅਤੇ ਰੱਬ ਰੱਖ